ਭਾਰੀ ਬਰਸਾਤ ਕਾਰਨ ਹਰ ਰੋਜ਼ ਹਾਦਸੇ ਵਾਪਰ ਰਹੇ ਨੇ ਤੇ ਇੱਕ ਪੁਲ ਹੋਰ ਡਿੱਗ ਪਿਆ ਏ। ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਵੇਂ ਅੱਧ ਵਿਚਕਾਰ ਤੋਂ ਟੁੱਟ ਜਾਂਦਾ ਇਹ ਪੁਲ, ਤਾਸ਼ ਦੇ ਪੱਤਿਆਂ ਵਾਂਗੂ ਕਿਵੇਂ ਢਹਿ ਢੇਰੀ ਹੋ ਗਿਆ ਇਹ ਪੁਲ, ਅੱਧ ਵਿਚਕਾਰ ਤੋਂ ਟੁੱਟ ਗਿਆ। ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਦੋਵਾਂ ਪਾਸੇ ਲੋਕ ਖੜ੍ਹੇ ਨੇ, ਜਿਵੇਂ ਉਹਨਾਂ ਨੂੰ ਲੱਗ ਰਿਹਾ ਸੀਗਾ ਕਿ ਇਹ ਪੁਲ ਡਿੱਗੇਗਾ ਅਤੇ ਦੇਖਦੇ ਹੀ ਦੇਖਦੇ ਇਹ ਪੁਲ ਡਿੱਗ ਗਿਆ ਅਤੇ ਉੱਥੇ ਖੜ੍ਹੇ ਮੌਜੂਦ ਲੋਕਾਂ ਨੇ ਇਸ ਦੀ ਵੀਡੀਓ ਕੈਮਰੇ ਦੇ ਵਿੱਚ ਕੈਦ ਕਰ ਲਈ ਹੈ ਅਤੇ ਹੁਣ ਸੋਸ਼ਲ ਮੀਡੀਆ 'ਤੇ ਇਹ ਵੀਡੀਓ ਵਾਇਰਲ ਹੋ ਰਹੀ ਹੈ। ਤਸਵੀਰਾਂ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਇਹ ਪੁਲ ਡਿੱਗ ਗਿਆ ਹੈ। ਦੱਸ ਦਈਏ ਕਿ ਬਿਹਾਰ ਤੋਂ ਇਹ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਬਿਹਾਰ ਦੇ ਵਿੱਚ ਇੱਕ ਵਾਰ ਫਿਰ ਇਹ ਪੁਲ ਡਿੱਗਿਆ। ਇਹ ਪਹਿਲੀ ਘਟਨਾ ਨਹੀਂ ਹੈ, ਪਿਛਲੇ ਦਿਨਾਂ ਦੇ ਵਿੱਚ ਕਾਫੀ ਪੁਲ ਜਿਹੜੇ ਨੇ ਬਿਹਾਰ ਦੇ ਵਿੱਚੋਂ ਡਿੱਗੇ ਨੇ, ਹਾਲਾਂਕਿ 10 ਸਾਲ ਪੁਰਾਣਾ ਇਹ ਪੁਲ ਸੀ ਜੋ ਡਿੱਗਿਆ ਹੈ। ਮੌਨਸੂਨ ਦੀ ਪਹਿਲੀ ਬਰਸਾਤ ਨੇ ਤਬਾਹੀ ਮਚਾਈ ਹੋਈ ਹੈ ਅਤੇ ਕਈ ਥਾਵਾਂ 'ਤੇ ਨੁਕਸਾਨ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ। ਤਾਂ 10 ਸਾਲ ਪੁਰਾਣਾ ਪੁਲ ਜਿਹੜਾ ਹੈ ਇਹ ਡਿੱਗ ਚੁੱਕਿਆ ਹੈ ਅਤੇ ਬਿਹਾਰ ਦੇ ਵਿੱਚ ਇਹ ਪੁਲ ਡਿੱਗਿਆ ਹੈ। ਬਿਹਾਰ ਦੇ ਛਪਰਾ ਦੇ ਵਿੱਚ ਇਹ ਪੁਲ ਡਿੱਗਿਆ ਹੈ, ਨਦੀ 'ਤੇ ਇਹ ਪੁਲ ਸੀ। 10 ਸਾਲ ਪਹਿਲਾਂ ਇਹ ਪੁਲ ਬਣਿਆ ਸੀ ਜੋ ਢਹਿ ਢੇਰੀ ਹੋ ਗਿਆ। ਹਾਲਾਂਕਿ ਹੁਣ ਤੱਕ ਦੀਆਂ ਖਬਰਾਂ ਦੇ ਮੁਤਾਬਕ ਬਿਹਾਰ ਦੇ ਵਿੱਚ ਇਹ 10ਵਾਂ ਪੁਲ ਹੈ ਜੋ ਇਸ ਢੰਗ ਨਾਲ ਡਿੱਗਿਆ ਹੈ। 2014 ਦੇ ਵਿੱਚ ਇਹ ਪੁਲ ਬਣਾਇਆ ਗਿਆ ਸੀ ਅਤੇ ਹੁਣ ਸਵਾਲ ਇਹ ਵੀ ਉੱਠ ਰਹੇ ਨੇ ਕਿ ਕੀ ਘਟੀਆ ਮਟੀਰੀਅਲ ਦੀ ਵਰਤੋਂ ਕੀਤੀ ਗਈ ਸੀ। ਤਾਂ ਦੱਸ ਦਈਏ ਕਿ ਪੁਲ ਡਿੱਗਣ ਦੀਆਂ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਨੇ ਅਤੇ ਇੱਕ ਵਾਰ ਫਿਰ ਇਹ ਪੁਲ ਡਿੱਗਿਆ ਹੈ ਅਤੇ ਆਲੇ ਦੁਆਲੇ ਜਿਹੜੇ ਲੋਕ ਰਹਿੰਦੇ ਨੇ ਉਹਨਾਂ ਦਾ ਆਪਸ ਦੇ ਵਿੱਚ ਸੰਪਰਕ ਟੁੱਟ ਗਿਆ। ਪੂਰੀ ਵੀਡੀਓ ਤੁਹਾਨੂੰ ਦਿਖਾਉਂਦੇ ਹਾਂ ਕਿਸ ਢੰਗ ਦੇ ਨਾਲ ਸੈਕਿੰਡਾਂ ਦੇ ਵਿੱਚ ਇਹ ਪੁਲ ਢਹਿ ਢੇਰੀ ਹੋ ਗਿਆ। ਭਾਰੀ ਬਰਸਾਤ ਕਾਰਨ ਹਰ ਰੋਜ਼ ਹਾਦਸੇ ਵਾਪਰ ਰਹੇ ਨੇ ਅਤੇ ਇੱਕ ਪੁਲ ਹੋਰ ਡਿੱਗ ਪਿਆ ਹੈ। ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਵੇਂ ਅੱਧ ਵਿਚਕਾਰ ਤੋਂ ਟੁੱਟ ਜਾਂਦਾ ਇਹ ਪੁਲ, ਤਾਸ਼ ਦੇ ਪੱਤਿਆਂ ਵਾਂਗੂ ਕਿਵੇਂ ਢਹਿ ਢੇਰੀ ਹੋ ਗਿਆ ਇਹ ਪੁਲ, ਅੱਧ ਵਿਚਕਾਰ ਤੋਂ ਟੁੱਟ ਗਿਆ। ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਦੋਵਾਂ ਪਾਸੇ ਲੋਕ ਖੜ੍ਹੇ ਨੇ, ਜਿਵੇਂ ਉਹਨਾਂ ਨੂੰ ਲੱਗ ਰਿਹਾ ਸੀਗਾ ਕਿ ਇਹ ਪੁਲ ਡਿੱਗੇਗਾ ਅਤੇ ਦੇਖਦੇ ਹੀ ਦੇਖਦੇ ਇਹ ਪੁਲ ਡਿੱਗ ਗਿਆ ਅਤੇ ਉੱਥੇ ਖੜ੍ਹੇ ਮੌਜੂਦ ਲੋਕਾਂ ਨੇ ਇਸ ਦੀ ਵੀਡੀਓ ਕੈਮਰੇ ਦੇ ਵਿੱਚ ਕੈਦ ਕਰ ਲਈ ਹੈ ਅਤੇ ਹੁਣ ਸੋਸ਼ਲ ਮੀਡੀਆ 'ਤੇ ਇਹ ਵੀਡੀਓ ਵਾਇਰਲ ਹੋ ਰਹੀ ਹੈ। ਤਸਵੀਰਾਂ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਇਹ ਪੁਲ ਡਿੱਗ ਗਿਆ ਹੈ। ਦੱਸ ਦਈਏ ਕਿ ਬਿਹਾਰ ਤੋਂ ਇਹ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਬਿਹਾਰ ਦੇ ਵਿੱਚ ਇੱਕ ਵਾਰ ਫਿਰ ਇਹ ਪੁਲ ਡਿੱਗਿਆ। ਇਹ ਪਹਿਲੀ ਘਟਨਾ ਨਹੀਂ ਹੈ, ਪਿਛਲੇ ਦਿਨਾਂ ਦੇ ਵਿੱਚ ਕਾਫੀ ਪੁਲ ਜਿਹੜੇ ਨੇ ਬਿਹਾਰ ਦੇ ਵਿੱਚੋਂ ਡਿੱਗੇ ਨੇ, ਹਾਲਾਂਕਿ 10 ਸਾਲ ਪੁਰਾਣਾ ਇਹ ਪੁਲ ਸੀ ਜੋ ਡਿੱਗਿਆ ਹੈ। ਮੌਨਸੂਨ ਦੀ ਪਹਿਲੀ ਬਰਸਾਤ ਨੇ ਤਬਾਹੀ ਮਚਾਈ ਹੋਈ ਹੈ ਅਤੇ ਕਈ ਥਾਵਾਂ 'ਤੇ ਨੁਕਸਾਨ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ। ਤਾਂ 10 ਸਾਲ ਪੁਰਾਣਾ ਪੁਲ ਜਿਹੜਾ ਹੈ ਇਹ ਡਿੱਗ ਚੁੱਕਿਆ ਹੈ ਅਤੇ ਬਿਹਾਰ ਦੇ ਵਿੱਚ ਇਹ ਪੁਲ ਡਿੱਗਿਆ ਹੈ। ਬਿਹਾਰ ਦੇ ਛਪਰਾ ਦੇ ਵਿੱਚ ਇਹ ਪੁਲ ਡਿੱਗਿਆ ਹੈ, ਨਦੀ 'ਤੇ ਇਹ ਪੁਲ ਸੀ। 10 ਸਾਲ ਪਹਿਲਾਂ ਇਹ ਪੁਲ ਬਣਿਆ ਸੀ ਜੋ ਢਹਿ ਢੇਰੀ ਹੋ ਗਿਆ। ਹਾਲਾਂਕਿ ਹੁਣ ਤੱਕ ਦੀਆਂ ਖਬਰਾਂ ਦੇ ਮੁਤਾਬਕ ਬਿਹਾਰ ਦੇ ਵਿੱਚ ਇਹ 10ਵਾਂ ਪੁਲ ਹੈ ਜੋ ਇਸ ਢੰਗ ਨਾਲ ਡਿੱਗਿਆ ਹੈ। 2014 ਦੇ ਵਿੱਚ ਇਹ ਪੁਲ ਬਣਾਇਆ ਗਿਆ ਸੀ ਅਤੇ ਹੁਣ ਸਵਾਲ ਇਹ ਵੀ ਉੱਠ ਰਹੇ ਨੇ ਕਿ ਕੀ ਘਟੀਆ ਮਟੀਰੀਅਲ ਦੀ ਵਰਤੋਂ ਕੀਤੀ ਗਈ ਸੀ। ਤਾਂ ਦੱਸ ਦਈਏ ਕਿ ਪੁਲ ਡਿੱਗਣ ਦੀਆਂ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਨੇ ਅਤੇ ਇੱਕ ਵਾਰ ਫਿਰ ਇਹ ਪੁਲ ਡਿੱਗਿਆ ਹੈ ਅਤੇ ਆਲੇ ਦੁਆਲੇ ਜਿਹੜੇ ਲੋਕ ਰਹਿੰਦੇ ਨੇ ਉਹਨਾਂ ਦਾ ਆਪਸ ਦੇ ਵਿੱਚ ਸੰਪਰਕ ਟੁੱਟ ਗਿਆ। ਪੂਰੀ ਵੀਡੀਓ ਤੁਹਾਨੂੰ ਦਿਖਾਉਂਦੇ ਹਾਂ ਕਿਸ ਢੰਗ ਦੇ ਨਾਲ ਸੈਕਿੰਡਾਂ ਦੇ ਵਿੱਚ ਇਹ ਪੁਲ ਢਹਿ ਢੇਰੀ ਹੋ ਗਿਆ।